ਹੈਲੋ एवरीवन ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੀ YouTube ਚੈਨਲ ਇਟਸ ਜੀਕੇ ਗੁਰਜੀ ਤੇ ਦੋਸਤੋ ਅਸੀਂ ਪੰਜਾਬ ਈਟੀਟੀ ਅਧਿਆਪਕਾਂ ਲਈ ਜਿਹੜਾ ਸੈਕਿੰਡ ਪੇਪਰ ਹੋਣਾ ਹੈ 100 ਨੰਬਰਾਂ ਦਾ ਉਸ ਦੇ ਲਈ ਪੰਜਾਬ ਜੀਕੇ ਜਿਹੜੀ ਕਰਵਾ ਰਹੇ ਹਾਂ ਅੱਜ ਦੀ ਵੀਡੀਓ 'ਚ ਪੰਜਾਬ ਜੀਕੇ ਦਾ ਪਾਰਟ ਸੈਕਿੰਡ ਆਪਾਂ ਡਿਸਕਸ ਕਰਾਂਗੇ ਜੇਕਰ ਤੁਸੀਂ ਪੰਜਾਬ ਜੀਕੇ ਦਾ ਪਾਰਟ ਫਸਟ ਨਹੀਂ ਵੇਖਿਆ ਤਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਉਸ ਦਾ ਲਿੰਕ ਅਸੀਂ ਦੇ ਦੇਵਾਂਗੇ ਉੱਥੋਂ ਜਾ ਕੇ ਤੁਸੀਂ ਪਾਰਟ 1 ਵੇਖ ਸਕਦੇ ਹੋ ਪੰਜਾਬ ਜੀ ਕੀ ਵਿੱਚ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਮਹੱਤਵਪੂਰਨ ਪ੍ਰਸ਼ਨ ਜਿਹੜੇ ਡਿਸਕਸ ਕਰ ਰਹੇ ਸੀ ਤਾਂ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਹਾਂਜੀ ਸਟਾਰਟ ਕਰਦੇ ਹਾਂ ਸਾਡੇ ਫਰਸਟ ਕੁਐਸਚਨ ਤੋਂ ਸਹੀ ਜੋੜ ਬਣਾਓ ਤਾਂ ਇੱਕ ਪਾਸੇ ਉਦਾਸੀ ਦਾ ਨਾਂ ਦਿੱਤਾ ਹੈ ਪਹਿਲੀ ਉਦਾਸੀ ਦੂਜੀ ਉਦਾਸੀ ਤੀਜੀ ਉਦਾਸੀ ਤੇ ਚੌਥੀ ਉਦਾਸੀ ਤੇ ਦੂਜੀ ਸਾਈਡ ਸਥਾਨ ਦਾ ਨਾਂ ਦਿੱਤਾ ਹੈ ਮੱਕਾ ਮਦੀਨਾ ਅਮਰਨਾਥ ਸ਼੍ਰੀਲੰਕਾ ਤੇ ਹਰਿਦਵਾਰ ਆਪਾਂ ਇਹਨਾਂ ਨੂੰ ਬਿਲਾਣਾ ਹੈ ਜੀ ਸਹੀ ਕਿ ਪਹਿਲੀ ਉਦਾਸੀ ਦੇ ਟਾਈਮ ਸ਼੍ਰੀ ਗੁਰੂ ਨਾਨਕ ਦੇਵ ਜੀ ਕਿੱਥੇ ਗਏ ਸਨ ਦੂਜੀ ਉਦਾਸੀ ਦੇ ਟਾਈਮ ਕਿੱਥੇ ਗਏ ਸਨ ਸੋ ਫਰਸਟ ਪਹਿਲੀ ਉਦਾਸੀ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਪਹਿਲੀ ਉਦਾਸੀ ਜਿਹੜੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪੂਰਬ ਦਿਸ਼ਾ ਵਿੱਚ ਕੀਤੀ ਸੀ ਇਹ ਸਨ 1497 ਤੋਂ ਲੈ ਕੇ 1508 ਤੱਕ ਇਹਨਾਂ ਨੇ ਕੀਤੀ ਸੀ ਇਸ ਵਿੱਚ ਉਹਨਾਂ ਨੇ ਸੈਦਪੁਰ ਕੁਰੂਕhetra ਹਰਿਦੁਆਰ ਦਿੱਲੀ ਪਾਣੀਪਤ ਬਨਾਰਸ ਗੋਰਖਮਤਾ ਗਿਆ ਤੇ ਕਾਮਰੂਪ ਜਿਹੜਾ ਕਿ ਅਸਮ ਵਿੱਚ ਹੈਗਾ ਇਸ ਤੋਂ ਇਲਾਵਾ ਟਾਕਾ ਜਗਨਨਾਥ ਅਤੇ ਆਗਰਾ ਇਹਨਾਂ ਦੀ ਯਾਤਰਾ ਕੀਤੀ ਸੀ ਦੂਜੀ ਉਦਾਸੀ ਦੀ ਗੱਲ ਕਰਦੇ ਹਾਂ ਦੂਜੀ ਉਦਾਸੀ ਵਿੱਚ ਉਹਨਾਂ ਨੇ ਦੱਖਣ ਦਿਸ਼ਾ ਵਿੱਚ स्टार्ट सी, की जीडी कि पंद्रह सौ दस तो लेके पंद्रह सौ पंद्रह तक यात्रा की इस यात्रा उन्होंने राजस्थान बिकानेर जैसलमेर अजमेर उज्जैन हैदराबाद गोलकुंडा रमेश्वर श्रीलंका कोचीन गुजरात द्वारका सिंध और मुल्तान द यात्रा की तीजी उदासी की गल करते हैं तो तीजी उदसी उन्होंने उत्तर दिशा की पंद्रह सौ सो, सोलह तो लेके पंद्रह सौ अठारह तक पंद्रह सौ सो, सोलह तो लेके पंद्रह सौ अठारह तक जिस विच उन्होंने कांगड़ा चंबा कश्मीर घाटी कैलाश पर्वत मानसरोवर झील तिब्बत लद्दाख जम्मू अमरनाथ ਅਤੇ 시ਦੀ ਨਗਰ ਦੀ ਯਾਤਰਾ ਕੀਤੀ ਸੀ ਲਾਸਟ ਉਦਾਸੀ ਉਹਨਾਂ ਦੀ ਚੌਥੀ ਉਦਾਸੀ ਜਿਹੜੀ ਕਿ ਉਹਨਾਂ ਨੇ ਪੱਛਮ ਦਿਸ਼ਾ ਵਿੱਚ ਕੀਤੀ ਸੀ ਇਹ ਉਦਾਸੀ 1518 ਤੋਂ ਲੈ ਕੇ 1522 ਤੱਕ ਇਹਨਾਂ ਨੇ ਯਾਤਰਾ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਮੱਕਾ ਮਦੀਨਾ ਬਗਦਾਦ ਪਾਕਪਟਨ ਈਰਾਨ ਕਾਬਲ ਤੇ ਪਿਸ਼ਾਵਰ ਦੀ ਯਾਤਰਾ ਕਿੱਤੀ ਸੀ ਹੁਣ ਆਪਾਂ ਇਸ ਕੁਐਸਚਨ ਦਾ ਕਰੈਕਟ ਆਨਸਰ ਦੇ ਸਕਦੇ ਹਾਂ ਤਾਂ ਪਹਿਲੀ ਉਦਾਸੀ ਵਿੱਚ ਉਹ ਹਰੀਦਵਾਰ ਸਾਈਡ ਗਏ ਸਨ ਦੂਜੀ ਉਦਾਸੀ ਵਿੱਚ ਉਹ ਸ਼੍ਰੀਲੰਕਾ ਸਾਈਡ ਗਏ ਸਨ ਤੀਜੀ ਉਦਾਸੀ ਵਿੱਚ ਅਮਰਨਾਥ ਸਾਈਡ ਤੇ ਚੌਥੀ ਉਦਾਸੀ ਵਿੱਚ ਮੱਕਾ ਮਦੀਨਾ ਸਾਈਡ ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਸੀ অপਸ਼ਨ ਨੰਬਰ ਸੀ ਆਪਣਾ ਜਿਹੜਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਆ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਹੈ ਪਾਈ ਲਾਲੋ ਕੋਣ ਸੀ ਸਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਠੱਗ ਸੈਕੰਡ ਦਿੱਤਾ ਹੈ ਡਾਕੂ ਥਰਡ ਦਿੱਤਾ ਹੈ ਅਮੀਰ ਤੇ ਫੋਰਥ ਹੈਗਾ ਤਰਖਾਨ ਤਾਂ ਪਾਈ ਲਾਲੋ ਜੀ ਇੱਕ ਤਰਖਾਨ ਸਨ ਆਪਸ਼ਨ ਡੀ ਆਪਣਾ ਜਿਹੜਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਆਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਮਲਿਕ ਭਾਗੋ ਤੇ ਪਾਈ ਲਾਲੋ ਨਾਲ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿੱਥੇ ਹੋਈ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਹੈਗਾ ਕਾਮਰੂਪ ਸੈਕਿੰਡ ਦਿੱਤਾ ਹੈ ਤਲੂਬਾ ਥਰਡ ਹੈਗਾ ਸੈਯਦਪੁਰ ਤੇ ਫੋਰਥ ਹੈਗਾ ਸਿਲਹਟ ਤਾਂ ਮਲਿਕ ਭਾਗੋ ਤੇ ਪਾਈ ਲਾਲੋ ਨਾਲ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਹੋਈ ਸੀ ਸੈਦਪੁਰ ਇਸ ਕੁਸ਼ਣ ਦਾ ਸੀ ਆਨਸਰ ਆਪਣਾ ਸੀ ਆਪਸ਼ਨ ਹੈ ਜਿਹੜਾ ਕਰੈਕਟ ਹੋ ਜਾਵੇਗਾ ਨੈਕਸਟ ਕੁਸ਼ਣ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਸ਼ਣ ਆਂਦਾ ਹੈ ਜੀ ਗੋਰਖ ਮਤਾ ਨਾਮਕ ਸਥਾਨ ਦਾ ਆਧੁਨਿਕ ਨਾਮ ਕੀ ਹੈ ਸਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈ ਕੱਕ ਨਾਨਕੀ ਸੈਕਿੰਡ ਦਿੱਤਾ ਹੈ ਨਾਨਕ ਮਤਾ 3 ਹੈ ਗਿਆ ਗੁਰੂ ਦਾ ਕਰ ਤੇ 4th ਹੈ ਗਿਆ ਗੁਰੂ ਕੀ ਕਾਸੀ ਤਾਂ ਇਸ ਕੁਸ਼ਣ ਦਾ ਜਿਹੜਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ B ਨਾਨਕ ਮੱਤਾ گورਕ ਮੱਤਾ ਨਾਮਕ ਸਥਾਨ ਦਾ ਆਧੁਨਿਕ ਨਾਮ ਜਿਹੜਾ ਹੈਗਾ ਉਹ ਹੈਗਾ ਨਾਨਕ ਮੱਤਾ ਨੈਕਸਟ ਕੁਸ਼ਣ ਵੱਲ ਚਲਦੇ ਆਂ ਤਾਂ ਦਾ ਨੈਕਸਟ ਕੁਸ਼ਣ ਆ ਜਾਂਦਾ ਜੀ ਸਭ ਤੋਂ ਪਹਿਲਾਂ ਕਿਹੜੇ ਵਿਅਕਤੀ ਨੂੰ ਗੁਰੂ ਨਾਨਕ ਦੇਵ ਜੀ ਦਾ ਚੇਲਾ ਬਣਨ ਦਾ ਮਾਣ ਹੈ ਜਿਹੜਾ ਹਾਸਿਲ ਹੋਇਆ ਸੀ ਸਾਡੇ ਕੋਲ ਚਾਰ অপਸ਼ਨ ਨੇ ਫਰਸਟ ਹੈਗਾ ਸਜਣ ਠੱਗ ਸੈਕਿੰਡ ਦਿੱਤਾ ਹੈ ਮਲਿਕ ਪਾਗੋ ਥਰਡ ਦਿੱਤਾ ਹੈ ਬਾਬਾ ਫਰੀਦ ਤੇ ਫੋਰਥ ਦਿੱਤਾ ਹੈ ਪਾਈ ਲਾਲੋ ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਡੀ ਸਭ ਤੋਂ ਪਹਿਲਾਂ ਜਿਹੜੇ ਵਿਅਕਤੀ ਸੀ ਪਾਈ ਲਾਲੋ ਜੀ ਸਨ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਚੇਲਾ ਬਣਦਾ ਮਾਣ ਹਸਲ ਹੋਇਆ ਸੀ ਨੈਕਸਟ ਕੁਐਸਚਨ ਵੱਲ ਚਲਦੇ ਆ ਸੜਾ ਨੈਕਸਟ ਕੁਐਸਚਨ ਆਂਦਾ ਜੀ ਗੁਰਦੁਆਰਾ ਨਾਮਕ ਸੰਸਥਾ ਦੀ ਸਥਾਪਨਾ ਕਿਸ ਨੇ ਕੀਤੀ ਸੀ ਤੁਹਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਹੈਗਾ ਗੁਰੂ ਨਾਨਕ ਦੇਵ ਸੈਕਿੰਡ ਦਿੱਤਾ ਹੈ ਗੁਰੂ ਅਰਜਨ ਦੇਵ ਥਰਡ ਹੈਗਾ ਗੁਰੂ ਗੋਬਿੰਦ ਤੇ ਫੋਰਥ ਹੈਗਾ ਸੌਰੀ ਥਰਡ ਹੈਗਾ ਗੁਰੂ ਹਰਗੋਬਿੰਦ ਤੇ ਫੋਰਥ ਹੈਗਾ ਗੁਰੂ ਗੋਬਿੰਦ ਸਿੰਘ ਜੀ ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ 1 ਗੁਰਦੁਆਰਾ ਨਾਮਕ ਸੰਸਥਾ ਦੀ ਸਥਾਪਨਾ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੇ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਨਾ ਕੋਈ Hindu ਨਾ ਕੋਈ Muslim ਇਹ ਵਾਕ ਕਿਹੜੇ ਧਰਮ ਨਾਲ ਸੰਬੰਧਿਤ ਹੈ ਸਾਡੇ ਕੋਲ ਚਾਰ অপਸ਼ਨ ਨੇ ਫਸਟ ਦਿੱਤਾ ਹੈ ਜੈਨ ਧਰਮ ਸੈਕੰਡ ਦਿੱਤਾ ਹੈ ਸਿੱਖ ਧਰਮ ਥਰਡ ਹੈਗਾ Hindu dharm ਤੇ ਫੋਰਥ ਹੈਗਾ Buddha dharm ਤਾਂ ਨਾ ਕੋਈ Hindu ਨਾ ਕੋਈ Muslim ਇਹ ਵਾਕ ਜਿਹੜਾ ਸਬੰਧਿਤ ਹੈਗਾ ਇਹ ਹੈਗਾ ਜੀ Sikh dharm ਦੇ ਨਾਲ ਤਾਂ ਇਸ ਕੁਐਸਚਨ ਦਾ অপਸ਼ਨ B ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਜੀ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਅਨੁਸਾਰ ਮਨੁੱਖੀ ਜੀਵਨ ਦਾ ਅੰਤਿਮ ਉਦੇਸ਼ ਕੀ ਹੋਣਾ ਚਾਹੀਦਾ ਹੈ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਹੈਗਾ ਮੁਕਤ ਹੋਣਾ ਸੈਕਿੰਡ ਹੈਗਾ ਸੱਚਖੰਡ ਦੀ ਪ੍ਰਾਪਤੀ ਥਰਡ ਦਿੱਤਾ ਹੈ ਸਵਰਗ ਦੀ ਪ੍ਰਾਪਤੀ ਤੇ ਫੋਰਥ ਹੈਗਾ ਰੱਬ ਨੂੰ ਹਾਸਿਲ ਕਰਨਾ ਤਾਂ ਇਸ ਕੁਸ਼ਣ ਦਾ ਜਿਹੜਾ கரੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਬੀ ਗੁਰੂ ਨਾਨਕ ਦੇਵ ਜੀ ਅਨੁਸਾਰ ਮਨੁੱਖੀ ਜੀਵਨ ਦਾ ਜਿਹੜਾ ਅੰਤਿਮ ਉਦੇਸ਼ ਕੀ ਹੋਣਾ ਚਾਹੀਦਾ ਹੈ ਸੱਚਖੰਡ ਦੀ ਪ੍ਰਾਪਤੀ ਤਾਂ অপਸ਼ਨ ਬੀ ਹੈ ਜਿਹੜਾ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਆ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਨੇ ਕਿਸ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਸਾਡੇ ਕੋਲ ਚਾਰ অপਸ਼ਨ ਨੇ ਫਸਟ ਦਿੱਤਾ ਹੈ ਬਾਬਾ ਸ਼੍ਰੀਚੰਦ ਸੈਕਿੰਡ ਦਿੱਤਾ ਹੈ ਗੁਰੂ ਅੰਗਦ ਦੇਵ ਜੀ ਥਰਡ ਹੈਗਾ ਗੁਰੂ ਰਾਮਦਾਸ ਤੇ 4 ਥੇਗਾ ਪਾਈ ਬਾਲਾ ਜੀ ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣਾ ਜਿਹੜਾ ਉੱਤਰਾਧਿਕਾਰੀ ਨਿਯੁਕਤ ਕੀਤਾ ਸੀ ਉਹ ਕੀਤਾ ਸੀ ਗੁਰੂ ਅੰਗਦ ਦੇਵ ਜੀ ਨੂੰ ਆਪਸ਼ਨ ਬੀ ਹੈ ਜਿਹੜਾ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਆ ਸੜਾ ਨੈਕਸਟ ਕੁਐਸਚਨ ਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਨੇ ਰੱਬ ਦੀ ਪ੍ਰਾਪਤੀ ਲਈ ਕਿਹੜਾ ਮਾਰਗ ਉਚਿਤ ਦੱਸਿਆ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਹੈਗਾ ਪਗਤੀ ਮਾਰਗ ਸੈਕਿੰਡ ਦਿੱਤਾ ਹੈ ਕਰਮ ਮਾਰਗ ਥਰਡ ਹੈਗਾ ਗਿਆਨ ਮਾਰਗ ਤੇ ਫੋਰਥ ਦਿੱਤਾ ਹੈ ਨਾਮ ਮਾਰਗ ਤਾਂ ਗੁਰੂ ਨਾਨਕ ਦੇਵ ਜੀ ਨੇ ਰੱਬ ਦੀ ਪ੍ਰਾਪਤੀ ਲਈ ਨਾਮ ਮਾਰਗ ਹੈ ਜਿਹੜਾ ਉਚਿਤ ਦੱਸਿਆ ਸੀ ਤਾਂ ਇਸ ਕੁਐਸਚਨ ਦਾ ਡੀ অপਸ਼ਨ ਆਪਣਾ ਜਿਹੜਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਮੁਗਲ ਬਾਦਸ਼ਾ ਬਾਬਰ ਨੇ ਕਿਹੜੇ ਹਮਲੇ ਦੌਰਾਨ ਗੁਰੂ ਨਾਨਕ ਦੇਵ ਜੀ ਨੂੰ ਕੇਦ ਕੀਤਾ ਸੀ? ਮੁਗਲ ਬਾਦਸ਼ਾ ਬਾਬਰ ਦੇ ਕਿਹੜੇ ਹਮਲੇ ਦੌਰਾਨ ਗੁਰੂ ਨਾਨਕ ਦੇਵ ਜੀ ਨੂੰ ਕੇਦ ਕੀਤਾ ਸੀ? ਸਾਡੇ ਕੋਲ ਚਾਰ ਆਪਸ਼ਨ ਨੇ ਪਹਿਲਾ ਹਮਲਾ, ਦੂਜਾ ਹਮਲਾ, ਤੀਜਾ ਹਮਲਾ ਤੇ ਚੌਥਾ ਹਮਲਾ। ਤਾਂ ਇਸ ਕੁਸ਼ਣ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਸੀ ਤੀਜਾ ਹਮਲਾ। ਮੁਗਲ ਬਾਦਸ਼ਾ ਬਾਬਰ ਤੇ ਤੀਜੇ ਹਮਲੇ ਦੌਰਾਨ ਗੁਰੂ ਨਾਨਕ ਦੇਵ ਜੀ ਨੂੰ ਕੇਦ ਕੀਤਾ ਸੀ। ਇੱਥੋਂ ਇੱਕ ਕੁਐਸਚਨ ਆ ਵੀ ਬਣ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਕਿਹੜੇ ਸਥਾਨ ਤੇ ਕੈਦ ਕਰਕੇ ਰੱਖਿਆ ਗਿਆ ਸੀ ਤਾਂ ਉਹ ਸੀ ਸੈਯਦਪੁਰ ਗੁਰੂ ਨਾਨਕ ਦੇਵ ਜੀ ਨੂੰ ਸੈਯਦਪੁਰ ਕੈਦ ਕਰਕੇ ਰੱਖਿਆ ਗਿਆ ਸੀ ਇੱਕ ਕੁਐਸਚਨ ਹੋਰ ਵੀ ਬੰਦਾ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਬਾਬਰ ਦੇ ਹਮਲਿਆਂ ਦਾ ਜ਼ਿਕਰ ਕੀਤਾ ਸੀ ਉਸ ਰਚਨਾ ਦਾ ਕੀ ਨਾਮ ਸੀ ਤਾਂ ਜਿਸ ਰਚਨਾ ਵਿੱਚ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲਿਆਂ ਦਾ ਜ਼ਿਕਰ ਕੀਤਾ ਸੀ ਉਸ ਦਾ ਨਾਮ ਸੀ ਬਾਬਰ ਦੀ ਬਾਣੀ ਨੈਕਸਟ ਕੁਐਸਚਨ ਵੱਲ ਚਲਦੇ ਆਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਹੈ ਸਿੱਖ ਇਤਿਹਾਸ ਵਿੱਚ ਕਿਹੜੀ ਸੰਸਥਾ ਸਿੱਖ ਧਰਮ ਦਾ ਮੁੱਖ ਆਧਾਰ ਬਣੀ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਹੈਗਾ ਗੁਰਦੁਆਰਾ ਸੈਕੰਡ ਹੈਗਾ ਸੰਗਤ ਪਰਥਾ ਥਰਡ ਹੈਗਾ ਪੰਗਤ ਪਰਥਾ ਤੇ ਫੋਰਥ ਹੈਗਾ ਗੁਰੂ ਗੱਦੀ ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ ਉਹ ਹੈਗਾ ਆਪਸ਼ਨ ਨੰਬਰ ਡੀ ਗੁਰੂ ਗੱਦੀ ਸਿੱਖ ਇਤਿਹਾਸ ਵਿੱਚ ਜਿਹੜੀ ਸੰਸਥਾ ਸਿੱਖ ਧਰਮ ਦਾ ਮੁੱਖ ਆਧਾਰ ਬਣੀ ਸੀ ਉਹ ਹੈਗਾ ਗੁਰੂ ਗੱਦੀ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸਟਾਡ ਨੈਕਸਟ ਕੁਐਸਚਨ ਆਂਦਾ ਹੈ ਸਿੱਖ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਗੁਰਦੁਆਰਾ ਕਿੱਥੇ ਸਥਾਪਿਤ ਕੀਤਾ ਗਿਆ ਸੀ ਸਿੱਖ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਗੁਰਦੁਆਰਾ ਕਿੱਥੇ ਸਥਾਪਿਤ ਕੀਤਾ ਗਿਆ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਇਹ ਹੈ ਗੋਵਿੰਦਵਾਲ ਸੈਕਿੰਡ ਦਿੱਤਾ ਹੈ ਖਡੂਰ ਸਾਹਿਬ ਥਰਡ ਹੈ ਕਾ ਤਲੂਬਾ ਤੇ ਫੋਰਥ ਹੈ ਕਾ ਅੰਮ੍ਰਿਤਸਰ ਤਾਂ ਸਿੱਖ ਇਤਿਹਾਸ ਵਿੱਚ ਸਭ ਤੋਂ ਪਹਿਲਾ ਗੁਰਦੁਆਰਾ ਜਿਹੜਾ ਤਲੂਬਾ ਵਿੱਚ ਸਥਾਪਿਤ ਕੀਤਾ ਗਿਆ ਸੀ ਇਸ ਕੁਐਸਚਨ ਦਾ ਸੀ ਆਪਸ਼ਨ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਆ ਜੜਾ ਨੈਕਸਟ ਕੁਐਸਚਨ ਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਸਮਕਾਲੀ ਸ਼ਾਸਕ ਕੌਣ ਸਨ ਸਾਡੇ ਕੋਲ ਚਾਰ ਆਪਸ਼ਨ ਨੇ ਸਿਕੰਦਰ ਲੋਧੀ ਸੈਕੰਡ ਦਿੱਤਾ ਹੈ ਇਬਰਾਹਿਮ ਲੋਧੀ ਥਰਡ ਹੈਗਾ ਬਾਬਰ ਤੇ ਫੋਰਥ ਹੈਗਾ ਉਪਰੋਕਤ ਸਾਰੇ ਤਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਜਿਹੜੇ ਸਮਕਾਲੀ ਸ਼ਾਸਕ ਸਨ ਉਹ ਏ ਤਿੰਨੋਂ ਹੀ ਸਨ ਸਿਕੰਦਰ ਲੋਧੀ ਵੀ ਸਨ ਇਬਰਾਹਿਮ ਲੋਧੀ ਵੀ ਸਨ ਤੇ ਬਾਬਰ ਵੀ ਸਨ ਤਾਂ ਇਸ ਦਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਡੀ ਉਪਰੋਕਤ ਸਾਰੇ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸੂਬੇਦਾਰ ਦੇ ਮੋਦੀ ਖਾਨੇ ਵਿੱਚ ਕੰਮ ਕੀਤਾ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਦਿੱਤਾ ਸਿਕੰਦਰ ਲੋਧੀ ਸੈਕਿੰਡ ਹੈਗਾ ਤਤਾਰ ਖਾਨ ਲੋਧੀ ਥਰਡ ਹੈਗਾ ਦੌਲਤ ਖਾਨ ਲੋਧੀ ਤੇ ਫੋਰਥ ਹੈਗਾ ਬਹਿਲੋਲ ਲੋਧੀ ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਸੀ ਦੌਲਤ ਖਾਨ ਲੋਧੀ ਗੁਰੂ ਨਾਨਕ ਦੇਵ ਜੀ ਨੇ ਦੌਲਤ ਖਾਨ ਲੋਧੀ ਨਾਂ ਦੇ ਸੂਬੇਦਾਰ ਤੇ ਮੋਦੀ ਖਾਨੇ ਵਿੱਚ ਕੰਮ ਕੀਤਾ ਸੀ ਨੈਕਸਟ ਕੁਐਸਚਨ ਵੱਲ ਚਲਦੇ ਆ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਹੈ ਮੋਦੀ ਖਾਨਾ ਤੋਂ ਕੀ ਪਾਵ ਸਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਆਰਾਮ ਕਰ ਸੈਕੰਡ ਦਿੱਤਾ ਹੈ ਅਨਪੰਡਾਰ ਥਰਡ ਹੈਗਾ ਹੈ ਇਬਾਦਤ ਖਾਨਾ ਤੇ ਫੋਰਥ ਹੈਗਾ ਹੈ ਯੁੱਧ ਸਮਗਰੀ ਪੰਡਾਰ ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਬੀ ਅਨਪੰਡਾਰ ਮੋਦੀ ਖਾਣਾ ਜਿਹੜਾ ਅਨ ਭੰਡਾਰ ਤੇ ਨੂੰ ਪਿਆ ਜਾਂਦਾ ਹੈ ਜੀ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਉਦਾਸੀ ਦੌਰਾਨ ਸਭ ਤੋਂ ਵੱਧ ਸਮਾਂ ਲਗਾਇਆ ਸੀ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਉਦਾਸੀ ਦੌਰਾਨ ਸਭ ਤੋਂ ਵੱਧ ਸਮਾਂ ਲਗਾਇਆ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਪਹਿਲੀ ਉਦਾਸੀ ਦੂਜੀ ਉਦਾਸੀ ਤੀਜੀ ਉਦਾਸੀ ਅਤੇ ਚੌਥੀ ਉਦਾਸੀ ਸੰਗੁਰ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਦੌਰਾਨ ਸਭ ਤੋਂ ਵੱਧ ਸਮਾ ਲਗਾਇਆ ਸੀ। ਇਸ ਕੁਸ਼ਚਨ ਦਾ ਜਿਹੜਾ ਫਰਸਟ ਆਪਸ਼ਨ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ। ਨੈਕਸਟ ਕੁਸ਼ਚਨ ਵੱਲ ਚਲਦੇ ਹਾਂ। ਸਾਡਾ ਨੈਕਸਟ ਕੁਸ਼ਚਨ ਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਜਾਣਕਾਰੀ ਦੇਣ ਵਾਲਾ ਸਭ ਤੋਂ ਯੋਗ ਸਰੋਤ ਕਿਹੜਾ ਹੈ? ਗੁਰੂ ਨਾਨਕ ਦੇਵ ਜੀ ਦੀ ਉਦਾਸੀਆਂ ਬਾਰੇ ਜਾਣਕਾਰੀ ਦੇਣ ਵਾਲਾ ਸਭ ਤੋਂ ਯੋਗ ਸਰੋਤ ਕਿਹੜਾ ਹੈ? ਸਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਹੈਗਾ ਮਹਿਮਾ ਪ੍ਰਕਾਸ਼ ਸੈਕਿੰਡ ਹੈ ਜਨਮ ਸਾਖੀਆਂ ਥਰਡ ਹੈਗਾ ਨਾਨਕ ਸੁਰਜੋਦਬ ਤੇ ਫੋਰਥ ਹੈਗਾ ਨਾਨਕ ਪ੍ਰਕਾਸ਼ਨ ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਬੀ ਜਨਮ ਸਾਖੀਆਂ ਆਪਸ਼ਨ ਨੰਬਰ ਬੀ ਆਪਣਾ ਕਰੈਕਟ ਆਨਸਰ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਸਮੇ ਉਹਨਾਂ ਦਾ ਸਾਥੀ ਕੌਣ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਹੈਗਾ ਭਾਈ ਬਾਲਾ ਜੀ ਸੈਕਿੰਡ ਦਿੱਤਾ ਹੈ ਭਾਈ ਮਰਦਾਨਾ ਜੀ ਥਰਡ ਹੈਗਾ ਭਾਈ ਲਾਲੋ ਜੀ ਤੇ ਫੋਰਥ ਦਿੱਤਾ ਹੈ ਏ ਅਤੇ ਬੀ ਦੋਵੇਂ ਤਾਂ ਗੁਰੂ ਨਾਨਕ ਦੇਵ ਜੀ ਦੀ ਯਾਤਰਾਵਾਂ ਸਮੇ ਉਹਨਾਂ ਦੇ ਜਿਹੜੇ ਸਾਥੀ ਸਨ ਉਹ ਸਨ ਏ ਅਤੇ ਬੀ ਦੋਵੇਂ ਯਾਨੀ ਕਿ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਸਸ ਕੁਸ਼ਨ ਦਾ ਜਿਹੜਾ ਡੀ ਆਪਸ਼ਨ ਹੈ ਜਿਹੜਾ ਆਪਣਾ கரੈਕਟ ਹੋ ਜਾਵੇਗਾ ਅੱਜ ਦੇ ਲਾਸਟ ਕੁਸ਼ਨ ਵੱਲ ਚਲਦੇ ਹਾਂ ਜਿਹਦਾ ਜਵਾਬ ਤੁਸੀਂ ਕਮੈਂਟ ਬਾਕਸ 'ਚ ਦੱਸਣਾ ਹੈ ਜੀ ਤੁਹਾਡਾ ਅੱਜ ਦਾ ਲਾਸਟ ਕੁਸ਼ਨ ਹੈ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਦੇਣ ਵਾਲਾ ਜਾਣਕਾਰੀ ਦੇਣ ਵਾਲਾ ਸਭ ਤੋਂ ਵਿਸ਼ਵਾਸਯੋਗ ਸਰੋਤ ਕਿਹੜਾ ਹੈ ਤੁਹਾਡੇ ਕੋਲ ਚਾਰ ਆਪਸ਼ਨ ਨੇ ਫਸਟ ਹੈਗਾ ਜਨਮ ਸਾਖੀਆਂ ਸੈਕਿੰਡ ਹੈ ਪਾਈ ਗੁਰਦਾਸ ਦੀਆਂ 12 ਥਰਡ ਹੈਗਾ ਆਦੀ ਗ੍ਰੰਥ ਤੇ ਫੋਰਥ ਦਿੱਤਾ ਹੈ ਜਪੂਜੀ ਸਾਹਿਬ ਇਸ ਕੁਐਸਚਨ ਦਾ ਆਨਸਰ ਹੈ ਜਿਹੜਾ ਕਮੈਂਟ ਬੁੱਕਸ ਤੇ ਤੁਸੀਂ ਦੱਸਣਾ ਜੀ ਪਿਛਲੀ ਵੀਡੀਓ ਦਾ ਜਿਹੜਾ ਆਨਸਰ ਦਿੱਤਾ ਉਹ ਸਾਰੇ ਬੱਚਿਆਂ ਨੇ ਕਰੈਕਟ ਦਿੱਤਾ ਹੈ ਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਪਾਸ ਲਗੇ ਬੈਲ ਆਈਕਨ ਨੂੰ ਵੀ ਜਰੂਰ ਦਬਾਇਓ ਤਾਂ ਜੋ ਤੁਹਾਨੂੰ ਸਾਡੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਨਾਲ ਮਿਲ ਸਕੇ ਮਿਲਦੇ ਆ ਨੈਕਸਟ ਵੀਡੀਓ 'ਚ ਉਦੋਂ ਤੱਕ ਦੇ ਲਈ ਟੇਕ ਕੇਅਰ